ਚੰਡੀਗੜ੍ਹ ਦੇ ਵਿੱਚ ਈ ਵਹੀਕਲ ਨੂੰ ਪ੍ਰਮੋਟ ਕਰਨ ਦੀ ਗੱਲ ਕੀਤੀ ਗਈ ਸੀ, ਈਵੀ ਚਾਰਜਿੰਗ ਸਟੇਸ਼ਨ ਲਾਏ ਗਏ ਸੀ ਵੱਖ ਵੱਖ ਥਾਵਾਂ ਤੇ, ਲੇਕਿਨ ਹਾਲਾਤ ਇੰਨੇ ਮਾੜੇ ਨੇ ਚੋਰਾਂ ਦੇ ਕਿ ਈਵੀ ਚਾਰਜਿੰਗ ਸਟੇਸ਼ਨ ਦੀ ਮਸ਼ੀਨਾਂ ਨੂੰ ਵੀ ਨਹੀਂ ਛੱਡਿਆ। ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 42 ਨਿਊ ਲੇਕ ਦੀ ਪਾਰਕਿੰਗ ਦੀ ਹੈ, ਜਿੱਥੇ ਪ੍ਰਸ਼ਾਸਨ ਵੱਲੋਂ ਈਵੀ ਚਾਰਜਿੰਗ ਸਟੇਸ਼ਨ ਲਾਏ ਗਏ ਸੀ, ਲੇਕਿਨ ਚੋਰਾਂ ਨੇ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਚੋਰੀ ਦੀ। ਤੇ ਇਹਦੇ ਵਿੱਚ ਜਿੰਨੀ ਵੀ ਚਿਪ ਲੱਗੀ ਹੁੰਦੀ ਹੈ, ਜਿਹੜੀ ਵੀ ਇਸਦੀ ਸਿਰਫ ਬੋਡੀ ਬੋਡੀ ਬੱਚੀ ਹੈ, ਬਾਕੀ ਤਾਰਾਂ ਤੇ ਨਾਲ ਨਾਲ ਹੋਰ ਵੀ ਜਿਹੜੇ ਇਹਦੇ ਵਿੱਚ ਇਕਵਿਪਮੈਂਟਸ ਲੱਗੇ ਹੁੰਦੇ ਨੇ ਉਹ ਸਾਰੇ ਚੋਰੀ ਕਰ ਫਰਾਰ ਹੋ ਗਏ। ਹਾਲਾਂਕਿ ਕਰੀਬ 2 ਕਰੋੜ ਤੋਂ ਵੀ ਜ਼ਿਆਦਾ ਦਾ ਨੁਕਸਾਨ ਦੱਸਿਆ ਜਾ ਰਿਹਾ। ਇਹਦੇ ਵਿੱਚ ਪੁਲਿਸ ਹੁਣ ਮਾਮਲਾ ਦਰਜ ਕਰਨ ਲੱਗੀ ਹੈ, ਲੇਕਿਨ ਤੁਹਾਨੂੰ ਦੱਸ ਦਈਏ ਕਿ ਇਹ ਕਾਫੀ ਜ਼ਿਆਦਾ ਇੱਥੇ ਈਵੀ ਚਾਰਜਿੰਗ ਸਟੇਸ਼ਨ ਲੱਗੇ ਹੋਏ ਨੇ, ਜਿਹੜੀ ਹੁਣ ਤੱਕ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਇਲੈਕਟ੍ਰਿਕ ਜਿਹੜੇ ਵਹੀਕਲਸ ਨੇ ਉਹ ਜੇਕਰ ਲੋਕਲ ਖਰੀਦਦੇ ਆ ਤਾਂ ਉਹਨਾਂ ਦੀ ਚਾਰਜਿੰਗ ਵਾਸਤੇ ਜੇ ਪਰੇਸ਼ਾਨ ਨਾ ਹੋਣਾ ਪਏ, ਇਸ ਕਰਕੇ ਪ੍ਰਸ਼ਾਸਨ ਵੱਲੋਂ ਯੂਟੀ ਪ੍ਰਸ਼ਾਸਨ ਵੱਲੋਂ ਰਿਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੁਸਾਇਟੀ ਯਾਨੀ ਕ੍ਰਿਸਟ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਪਬਲਿਕ ਚਾਰਜਿੰਗ ਸਟੇਸ਼ਨ ਲਾਏ ਜਾ ਰਹੇ ਨੇ। ਹਾਲਾਂਕਿ ਇਸੇ ਵਜ੍ਹਾ ਸੈਕਟਰ 42 ਦੇ ਵਿੱਚ ਲਾਏ ਗਏ ਸੀ, ਲੇਕਿਨ ਹਾਲ ਤੁਸੀਂ ਵੇਖੋ ਕਿ ਸਾਰੇ ਜਿੰਨੇ ਵੀ ਜਿਹੜੇ ਪਾਰਕਿੰਗ ਜਿਹੜੇ ਇੱਥੇ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਸਾਰੀ ਜਿਹੜੀ ਮਸ਼ੀਨਾਂ ਹੈ ਉਹ ਵੀ ਚੋਰੀ ਹੋ ਗਈ। ਅੰਦਰ ਇਨਵੈਲਟ ਜਿਹੜੀ ਵੀ ਮਸ਼ੀਨਾਂ ਸੀ ਉਹ ਚੋਰੀ ਹੋ ਚੁੱਕੀ ਹੈ। ਦੇਰ ਰਾਤ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰ ਚਾਰਜਿੰਗ ਗਨ ਵੀ ਜਿਹੜੀ ਹੈਗੀ ਉਹ ਕੱਟ ਕਰਕੇ ਆਪਣੇ ਨਾਲ ਲੈ ਗਏ। ਹਾਲਾਂਕਿ ਤਾਰੇ ਜਿਹੜੀ ਲੱਗੀ ਹੋਈ ਸੀ ਅੰਦਰ ਵਾਇਰਿੰਗ ਸੀ ਉਹ ਵੀ ਸਾਰੀ ਜਿਹੜੀ ਹੈਗੀ ਉਹ ਚੋਰੀ ਕਰ ਚੁੱਕੇ ਨੇ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ LED ਸਕਰੀਨ ਤੋਂ ਲੈ ਕੇ ਪੈਨਲ ਤੋਂ ਲੈ ਕੇ ਇੰਡੀਕੇਟਰ ਤੋਂ ਲੈ ਕੇ ਸਾਰੀ ਚੀਜ਼ਾਂ ਚੋਰੀ ਹੋ ਚੁੱਕੀ ਹੈ। ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਸੀ, ਲੇਕਿਨ ਪੁਲਿਸ ਦਾ ਕੋਈ ਐਕਸ਼ਨ ਨਹੀਂ ਦੇਖਣ ਨੂੰ ਮਿਲਿਆ ਸੀਗਾ। ਔਰ ਨਤੀਜਨ ਇਸ ਤਰ੍ਹਾਂ ਦੀ ਜਿੰਨੀ ਵੀ LCD ਸਕਰੀਨ ਤਾਰਾਂ ਜਿਹੜੀ ਵੀ ਸਿਰਫ ਬੋਡੀ ਬੋਡੀ ਹੁਣ ਰਹਿ ਚੁੱਕੀ ਹੈ, ਯਾਨੀ ਕਿ ਸਿਰਫ ਬੋਡੀ ਬੋਡੀ ਇਹ ਚਾਰਜਿੰਗ ਜਿਹੜੀ ਸਟੇਸ਼ਨ ਦੀ ਲੱਗੀ ਹੋਈ ਹੈ ਸਿਰਫ ਇਹ ਰੱਖੀ ਹੈ। ਇਹ ਸਾਰੀ ਅੰਦਰ ਦਾ ਜਿਹੜਾ ਪੈਨਲ ਹੈ, ਅੰਦਰ ਦੀ ਜਿਹੜੀ ਸਕਰੀਨ ਹੈ, ਅੰਦਰ ਦੀ ਜਿਹੜੀ ਵਾਇਰਸ ਹੈ ਉਹ ਸਾਰੀ ਕੱਟ ਕੇ ਆਪਣੇ ਨਾਲ ਜਿਹੜੇ ਚੋਰ ਨੇ ਉਹ ਲੈ ਚੁੱਕੇ ਨੇ, ਕਿਉਂਕਿ ਇਹ ਕਾਫੀ ਕੋਸਟਲੀ ਹੁੰਦੀ ਹੈ, ਕਾਫੀ ਮਹਿੰਗੀ ਹੁੰਦੀ ਹੈ, ਸਕਰੀਨਾਂ ਮਹਿੰਗੀ ਹੁੰਦੀ ਹੈ। ਇੱਥੇ ਕੋਈ CCTV ਕੈਮਰਾ ਵੀ ਨਹੀਂ ਹੈ ਨੇੜੇ ਤੇੜੇ ਕਿ ਕਿਸੇ ਤਰ੍ਹਾਂ ਦੀ ਕੋਈ ਪਹਿਚਾਣ ਹੋ ਸਕੇ। ਹਾਲਾਂਕਿ ਪੁਲਿਸ ਹੁਣ ਇਨਵੈਸਟੀਗੇਸ਼ਨ ਤਾਂ ਕਰ ਰਹੀ ਹੈ, ਲੇਕਿਨ ਕੋਈ ਵੀ ਚਾਰਜਿੰਗ ਸਟੇਸ਼ਨ ਜਿੰਨੇ ਵੀ ਮਸ਼ੀਨਾਂ ਲਾਈ ਗਈ ਹੈ ਸਾਰੀ ਮਸ਼ੀਨਾਂ ਨੂੰ ਤੁਸੀਂ ਦੇਖੋ, ਇਹ ਸਾਰੀ ਵਾਇਰਸ ਕੱਟ ਕੇ, ਇਹ ਸਾਰੀ ਵਾਇਰਸ ਨੂੰ ਕੱਟ ਕੇ ਇੱਥੋਂ LCD ਸਕਰੀਨਸ ਲੱਗੀ ਹੋਈ ਸੀ, ਇਹ ਪੂਰਾ ਸਕਰੀਨ ਇੱਥੇ ਵੀ, ਇੱਧਰ ਵੀ ਪੂਰੀ, ਇਹ ਪੂਰਾ ਅਡੈਪਟਰਸ ਲੱਗੇ ਹੋਏ ਸੀਗੇ ਨੀਚੇ, ਇਹ ਪੂਰਾ ਆਨ ਆਫ ਦਾ ਸਵਿੱਚ ਸੀਗਾ। ਇਹ ਤਾਰਾਂ, ਇਹ ਵੱਡੀ ਵੱਡੀ ਤਾਰਾਂ ਜਿਹੜੀ ਹੈਗੀ ਹੈ ਇਹ ਵੀ ਕਾਫੀ ਕੋਸਟਲੀ ਹੁੰਦੀ ਹੈ, ਇਹ ਵੀ ਵੱਢ ਕੇ ਲੈ ਗਏ। ਯਾਨੀ ਕਿ ਚੋਰਾਂ ਨੇ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਇਹ ਆਨ ਆਫ ਦਾ ਸਿਸਟਮ ਹੈ, ਇਹ ਵੀ ਇਹ ਦੇਖੋ ਪੱਥਰਾਂ ਦੇ ਨਾਲ ਇਹਨੂੰ ਪੂਰਾ ਬ੍ਰੇਕ ਕੀਤਾ ਹੋਇਆ, ਇਹ ਵੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ, ਇਹਨੂੰ ਵੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਇਸੇ ਤਰ੍ਹਾਂ ਜਿੰਨੇ ਵੀ ਚਾਰਜਿੰਗ ਸਟੇਸ਼ਨ ਇੱਥੇ ਲੱਗੇ ਹੋਏ ਨੇ ਸਾਰਿਆਂ ਦੀ, ਇਹ ਤੁਸੀਂ ਵੇਖੋ ਇੱਥੇ ਪੂਰੀ ਸਕਰੀਨ ਸੀ, ਇਹ ਵੀ ਲੈ ਗਏ ਨਾਲ, ਇਹ ਸਾਰਾ ਮਦਰ ਬੋਰਡ ਟਾਈਪ ਹੈ, ਇਹਨੂੰ ਛੱਡ ਗਿਆ ਕਿਉਂਕਿ ਇਹ ਉਹਨਾਂ ਦੇ ਕੰਮ ਦਾ ਨਹੀਂ ਹੈ, ਲੇਕਿਨ ਵਾਇਰਸ ਜਿਹੜੀ ਹੈ ਜਾਂ ਫਿਰ ਜਿੰਨੇ ਵੀ LED ਸਕਰੀਨ ਸੀ, ਇੰਡੀਕੇਟਰ ਸੀਗੇ, ਉਹ ਵੀ ਨਾਲ ਹੀ ਆਪਣੇ ਲੈ ਗਏ। ਹਾਲਾਂਕਿ ਹੁਣ ਸਿਰਫ ਮਸ਼ੀਨਰੀ ਰਹਿ ਚੁੱਕੀ ਹੈ। ਹਾਲਾਂਕਿ ਲੋਕਾਂ ਦੀ ਸੁਵਿਧਾਵਾਂ ਵਾਸਤੇ ਇਹ ਸਾਰੀ ਮਸ਼ੀਨਾਂ ਈ ਚਾਰਜਿੰਗ ਜਿਹੜੇ ਸਟੇਸ਼ਨ ਲਾਏ ਗਏ ਸੀ ਵੱਖ ਵੱਖ ਸੈਕਟਰਾਂ ਦੇ ਵਿੱਚ, ਪੂਰੀ ਮਸ਼ੀਨਰੀ ਜਿਹੜੀ ਹੈ ਈ ਚਾਰਜਿੰਗ ਸਟੇਸ਼ਨ ਦੇ ਲਾਈ ਗਈ ਹੈ, ਲੇਕਿਨ ਚੋਰਾਂ ਦੇ ਹੌਸਲੇ ਬੁਲੰਦ ਹੈ। ਕਿਸ ਤਰ੍ਹਾਂ ਇਹ ਪੂਰੀ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਵੱਡੀ, ਕਰੀਬ 1.5 ਤੋਂ 2 ਕਰੋੜ ਦੀ ਇਹ ਜਿਹੜੀ ਪੂਰੀ ਚੋਰੀ ਹੈ, ਇਹਦੇ ਵਿੱਚ ਹਾਲਾਂਕਿ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ, ਲੇਕਿਨ ਹਜੇ ਤੱਕ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।